ਅੱਜ ਅਸੀਂ ਖੜੇ ਆ ਇੱਕ ਇਹੋ ਜਿਹੀ ਸੰਸਥਾ ਦੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਹਾਰਪੁਰ ਇਹ ਸੰਸਥਾ ਇਦਾਂ ਦੀ ਆ ਗਰੀਬਾਂ ਨੂੰ ਹਸਪੀਟਲ ਦੇ ਵਿੱਚ ਲੰਗਰ ਪ੍ਰੋਵਾਈਡ ਕਰਦੀ ਆ ਇਹ ਨਹੀਂ ਵੀ ਕੱਲਾ ਹਾਰਪੁਰ ਦੇ ਵਿੱਚ ਗੁਰਦਾਸਪੁਰ ਰੋਪੜ ਜਿੱਥੋਂ ਜਿੱਥੋਂ ਵੀ ਫੋਨ ਆਉਂਦਾ ਆ ਕਿ ਉੱਥੇ ਲੰਗਰ ਦੀ ਸੇਵਾ ਕਰਦੇ ਆ ਕਰੋਨਾ ਦੇ ਮਾਰੇ ਲੋਕੀ ਬੜੇ ਭੁੱਖੇ ਜਿੱਦਾਂ ਝੁੱਗੀ ਚੌਂਪੜੀਆਂ ਵਾਲੇ ਉਹਨਾਂ ਨੂੰ ਜਦੋਂ ਵੀ ਇਸ ਲੰਗਰ ਵਾਲੀ ਸੰਸਥਾ ਦੇ ਵਿੱਚ ਫੋਨ ਆਉਂਦਾ ਆ ਹਾਂਜੀ ਕੀ ਕਹਿੰਦੇ ਉਹਨਾਂ ਨੂੰ ਵੀ ਲੰਗਰ ਪ੍ਰੋਵਾਈਡ ਕਰਦੇ ਆ ਅੱਜ ਜਿਹੜੇ ਮੁੱਖ ਸੇਵਾਦਾਰ ਆ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਸੇ ਹਾਂਜੀ ਉਹਨਾਂ ਨੂੰ ਅਸੀਂ ਗੱਲ ਕਰਦੇ ਹਾਂ ਜੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਖਾਲਸਾ ਬਾਈ ਫਤੇ ਜੀ ਇਹ ਜਿਹੜਾ ਸ਼੍ਰੀ ਗੁਰੂ ਰਾਮਦਾਸ ਲੰਗਰ ਸੇਵਾ ਹਾਂਜੀ ਇਹ ਕਦੋਂ ਚੱਲੂ ਹੋਇਆ ਤੇ ਕਿੱਥੋਂ ਦਾ ਤੇ ਕਿੱਥੇ ਕਿਤੇ ਇਹ ਜਿਹੜਾ ਜੀ ਆਪਣਾ ਤਨਤਨ ਗੁਰੂ ਰਾਮਦਾਸ ਲੰਗਰ ਸੇਵਾ ਪੋਰੀ ਦਾ ਹਾਰਪੁਰ ਬਾਈਪਾਸ ਮੁੱਖ ਸੇਵਾਦਾਰ ਗੁਰਲੱਖ ਸਿੰਘ ਬਰਾੜ ਸਰਦਾਰ ਮਨਜੀਤ ਸਿੰਘ ਤੇ ਸਰਦਾਰ ਗੁਰਦੀਪ ਸਿੰਘ ਮਾਲਕ ਜੀ ਜੋ ਇਸ ਟਾਈਮ ਯੂ ਐਸ ਏ ਨੇ ਉਹਨਾਂ ਨੇ ਇਹ ਸੇਵਾ ਜਿਹੜੀ ਆ ਚਲਾਈ ਸੀਗੀ ਆਪਣੇ 19 ਦੇ ਵਿੱਚ 19 ਫਰਵਰੀ ਨੂੰ ਜੀ ਮਤਲਬ ਇੱਕ ਸਾਲ ਤੇ ਇਸ ਟਾਈਮ 4 ਮਹੀਨਾ ਚੌਥਾ ਮਹੀਨਾ ਚੱਲ ਪਿਆ ਜੀ ਜੀ ਤੇ ਇਸ ਪੰਜਾਬ ਦੇ ਵੱਖ-ਵੱਖ ਸਿਵਲ ਹਸਪਤਾਲ ਜਿਹੜੇ ਸ਼ੁਰੂ ਕੀਤੇ ਸੀਗੇ ਜਿਹੜਾ ਕਿ ਮਰੀਜ਼ਾਂ ਲਈ ਤੇ ਜੋ ਨਾਲ ਮਰੀਜ਼ਾਂ ਦੇ ਆਉਂਦੇ ਨੇ ਸਭ ਦੇ ਲਈ ਮਤਲਬ ਜੋ ਵੀ ਆ ਕੇ ਮਰਜੀ ਛਕੇ ਜੀ ਇਹ ਲੰਗਰ ਦੀ ਜਿਹੜੀ ਸੇਵਾ ਸ਼ੁਰੂ ਹੋਈ ਸੀਗੀ ਤੇ ਇਸ ਟਾਈਮ ਜਿਹੜੀ ਸੇਵਾ ਇਹ ਮਤਲਬ ਚੱਲ ਰਹੀ ਆ ਜੀ ਇਸ ਟਾਈਮ ਜਿਹੜੀ ਸੇਵਾ ਇਹ ਘੱਟ ਤੋਂ ਘੱਟ 1.5 ਲੱਖ ਤੋਂ ਲੈ ਕੇ 2 ਲੱਖ ਦੇ ਕਰੀਬ-ਕਰੀਬ ਇਹ ਲੰਗਰ ਦੀ ਸੇਵਾ ਚੱਲ ਰਹੀ ਏ ਕਿਹੜੀ-ਕਿਹੜੀ ਜਗ੍ਹਾ ਚੱਲੀ ਆ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਦੇਖਿਓ ਜੀ ਇਹ ਜ਼ਿਲ੍ਹਾ ਤਾਂ ਵੈਸੇ ਜਿਵੇਂ ਕਿ ਇਧਰ ਆਪਣਾ ਇਧਰੋਂ ਲੁਧਿਆਣੇ ਤੋਂ ਖੰਨਾ ਖੰ ਇਧਰੋਂ ਜੁ ਜਲੰਧਰ ਤੋਂ ਮੋਗੇ ਤੱਕ ਇਧਰੋਂ ਆਪਣਾ ਅੰਮ੍ਰਿਤਸਰ ਤੱਕ ਇਧਰੋਂ ਰੋਪੜ ਨਾਨਪੁਰ ਸਾਹਿਬ ਸultanpur lodi ਮਤਲਬ ਮਾਝਾ ਮਾਲਵਾ ਦੁਆਬਾ ਸਾਰੇ ਏਰੀਆ ਦੇ ਵਿੱਚ ਜਿੱਥੋਂ ਵੀ ਸਾਨੂੰ ਕਾਲ ਆ ਜਾਂਦੀਆਂ ਵੀ ਇਧਰ ਵੀ ਖਾਣਾ ਚਾਹੀਦਾ ਇੱਥੇ ਵੀ ਚਾਹੀਦਾ ਉੱਥੇ ਵੀ ਭੇਜ ਰਹੇ ਹਾਂ ਜੀ ਤੇ ਇਹਦਾ ਕੀ ਰੋਜ਼ ਦਾ ਕਿੰਨਾ ਖਰਚਾ ਹੈਗਾ ਜੀ ਇਹਦਾ ਰੋਜ਼ ਦਾ ਹੀ 7-8 ਲੱਖ ਰੁਪਿਆ ਦਿਹਾੜੀ ਦਾ ਖਰਚਾ ਹੈਗਾ ਜੀ ਕਿਉਂਕਿ ਇਸ ਟਾਈਮ ਸਾਡੀਆਂ ਕਿ 20 ਕਿ ਗੱਡੀਆਂ ਸਾਡੀਆਂ ਆਪਦੀਆਂ ਚੱਲਦੀਆਂ ਜਿਹੜੀਆਂ 2 3 3 ਗੇੜੇ ਲਾਉਂਦੀਆਂ ਨੇ ਤੇ 10 ਗੱਡੀਆਂ ਸਾਡੇ ਕੋਲੇ ਆਪਣੀਆਂ ਜਿਹੜੀਆਂ ਕਿ ਕਿਰਾਏ ਤੇ ਲਈਆਂ ਹੋਈਆਂ ਨੇ ਤੇ ਕੁਝ ਗੱਡੀਆਂ ਨਾਲ ਸੇਵਾ ਤੇ ਚੱਲ ਰਹੀਆਂ ਤੇ ਕੁਝ ਪਿੰਡਾਂ ਦੇ ਵਿੱਚੋਂ ਜਿਵੇਂ ਕਿ ਕਹਿੰਦੇ ਆ ਜੀ ਸਾਡੇ ਪਿੰਡ 200 ਬੰਦਾ ਬੇਟਾ ਮਜ਼ਦੂਰ ਸਾਡੇ ਪਿੰਡ 400 ਬੇਟਾ ਜਿੱਦਾਂ ਵੀ ਉਹਨਾਂ ਨੂੰ ਵੀ ਉਹਨੇ ਬੰਦਿਆਂ ਦਾ ਖਾਣਾ ਸੀ ਇੱਥੋਂ ਮੁਹੱਈਆ ਕਰਾਉਂਦੇ ਆ ਤੇ ਜਿਹੜੇ ਕੀ ਕਹਿੰਦੇ ਜਿਹੜੇ ਇੱਥੋਂ ਦੀ ਲੇਬਰ ਆ ਇਹ ਜਿਹੜੇ ਸੇਵਾਦਾਰ ਹੈਗੇ ਆ ਤੇ ਜਾਂ ਫੇ ਉਹਨਾਂ ਨੂੰ ਸੈਲਰੀ ਤੇ ਰੱਖਿਆ ਗਿਆ ਹੈ ਜਿਹੜਾ ਕਿ ਜਿਹੜਾ ਮੇਨ ਸਾਡੇ 50 ਕ ਜਿਹੜੇ ਹੈਗੇ ਨੇ ਸੇਵਾਦਾਰ ਨੇ ਪੱਕੇ ਬਾਕੀ ਇਸ ਟਾਈਮ ਸਾਡੇ ਨਾਲ ਜਿਹੜੇ ਕਿ ਗਰੁੱਪ ਜੁੜੇ ਹੋਏ ਨੇ ਸੇਵਾ ਕਰਾਉਣ ਵਾਲੇ ਮੁੰਡੇ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਆਪਾਂ ਕਹਿੰਨੇ ਕਲਬਾਂ ਵਾਲੇ ਉਹ ਸਾਡੇ ਨਾਲ ਇਸ ਟਾਈਮ ਹਾਰਪੁਰ ਤੋਂ ਪੂਰਾ ਸੰਜੋਗ ਕਰ ਰਹੇ ਨੇ ਠੀਕ ਤੇ ਕੀ ਇਹਦਾ ਖਰਚਾ ਤੁਹਾਨੂੰ ਸਰਕਾਰ ਵੱਲੋਂ ਵੀ ਕੁਝ ਮੜਾ ਮਟਾ ਕੋਈ ਕੋਈ ਕੀ ਹੈਲਪ ਜਾਂ ਮਦਦ ਤੁਸੀਂ ਕੀ ਆ ਜਾਂ ਜਿਹ ਉਦਾਂ ਤਾਂ ਨਹੀਂ ਪੱਕੀ ਸਰਕਾਰ ਲੋ ਤਾਂ ਨਹੀਂ ਹੁੰਦੀ ਆਪਣੇ ਆਪ ਭਾਈ ਸਾਹਿਬ ਆਏ ਸੀਗੇ ਹੁਣ ਜਦੋਂ ਕੋਰੋਨਾ ਪੈਦ ਕਾਲਫੂ ਲੱਗਿਆ ਸੀਗਾ ਮਿਨਿਸਟਰ ਸਾਹਿਬ ਆਪਣੇ ਜਿਹੜੇ ਕੇਪਟਨ ਮੰਤਰੀ ਅਰੂੜਾ ਸਾਹਿਬ ਇਹਨਾਂ ਨੇ ਸਾਨੂੰ ਸੇਵਾ ਦਿੱਤੀ ਸੀਗੀ ਜੀ ਹੋਰ ਨਹੀਂ ਸਾਡੇ ਕੋਲੇ ਕੋਈ ਆ ਬਾਕੀ ਇਹ ਬਾਹਰ ਅਮਰੀਕਾ ਤੋਂ ਚੱਲਦਾ ਤੇ ਸੰਗਤਨ ਤਨ ਗੁਰੂ ਰਾਮਦਾਸ ਮਹਾਰਾਜ ਦੇ ਤੇ ਸੰਗਤਾਂ ਦੇ ਸੰਯੋਗ ਜੇ ਨਾਲ ਚੱਲਦਾ ਜੀ ਹਾਂਜੀ ਇਹ ਜਿਹੜੇ ਇੱਥੋਂ ਦੇ ਸੇਵਾਦਾਰ ਆ ਹਾਂਜੀ ਉਹਨਾਂ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ ਭਈ ਇਹ ਜਿਹੜੀ ਸੰਸਥਾ ਹੈਗੀ ਆ ਬਾਹਰ ਅਮਰੀਕਾ ਤੋਂ ਬਿਟੇ ਆ ਉਹ ਸੇਵਾਦਾਰ ਸੇਵਾ ਇੱਥੇ ਕਰਤੀ ਆ ਕੈਮਰਾਮੈਨ ਜਿਸ ਦੇ ਨਾਲ ਸ਼ਾਰਪਰ ਤੋਂ ਕੁਲਵਿੰਦਰ ਹੈਪੀ ਸਪੋਕਸਮੈਨ ਟੀਵੀ ਲਈ